ਕੋਈ ਨੋਰਮਲ ਵੀਰ ਕੋਈ ਵਿਆਹ ਦੇ ਵਿੱਚ ਲਗਜ਼ਰੀ ਗੱਡੀ ਦੀ ਫੀਲ ਲੈਣਾ ਵੀ ਚਾਹੁੰਦਾ ਤਾਂ ਉਹਦੇ ਲਈ ਸਟਾਰਟਿੰਗ ਆਹ ਗੱਡੀ ਤੋਂ ਆ ਜੀ, ਆਹ ਗੱਡੀ ਦਿਖਾਓ। ਇਹ ਬਹੁਤ ਰੀਜਨੇਬਲ ਰੇਟ 'ਤੇ ਭੇਜ ਦਾਂਗਾ ਮੈਂ ਲੋਕਲ ਦੇ ਵਿੱਚ, ਜਿਵੇਂ ਕਿਸੇ ਨੇ ਜਾਣਾ 20-30-50 ਕਿਲੋਮੀਟਰ ਦੇ ਏਰੀਏ 'ਚ, ਬਾਹਲੇ ਨਹੀਂ ਮੈਂ 10,000 ਵੀ ਨਹੀਂ ਲਊਂ। ਕਹਿਣਾ ਚਾਹੋਗੇ ਕਿ ਮਨੀ ਵੈਡਿੰਗ ਕਾਰ ਜਿਹੜੀ ਖੈਂਟ ਦੇ ਵਿੱਚ ਹੈੱਡ ਆਫਿਸ ਲੁਧਿਆਣੇ ਆ ਜੀ ਦਾ, ਔਰ ਬੇਟੇ ਨੇ ਜਿਹਨੇ ਸਟਾਰਟ ਕੀਤਾ, ਇਮਾਨਦਾਰੀ ਦੇ ਨਾਲ ਕੰਮ ਕੀਤਾ, ਅੱਜ ਇੱਕ ਬ੍ਰਾਂਡ ਬਣ ਚੁੱਕਿਆ। ਪੰਜਾਬ 'ਚ ਅਗਰ ਵੈਡਿੰਗ ਕਾਰਾਂ ਦੀ ਗੱਲ ਹੁੰਦੀ ਆ ਤਾਂ ਬੇਟੇ ਦਾ, ਤੁਹਾਡੇ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਬੇਟਾ ਮੇਰਾ ਬਹੁਤ ਮਿਹਨਤੀ ਹੈ, ਸ਼ੁਰੂ ਤੋਂ ਹੀ ਇਹਨੇ ਮਿਹਨਤ ਅਤੇ ਲਗਨ ਨਾਲ ਆਪਣਾ ਕੰਮ ਕਰਕੇ ਇਸ ਕੰਮ ਨੂੰ ਇੱਥੇ ਤੱਕ ਪਹੁੰਚਾਇਆ। ਪਰਮਾਤਮਾ ਇਹਨੂੰ ਅੱਗੇ ਵੀ ਚੜ੍ਹਦੀ ਕਲਾ ਕਾ ਬਖਸ਼ੇ। ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਨਾਲ ਤੁਹਾਡੀਆਂ ਸਿੱਖਿਆਵਾਂ ਸੀਗੀਆਂ ਕਿ ਭਾਈ ਜਿਹਨੇ ਵੈਡਿੰਗ ਕਾਰ ਲੈ ਕੇ ਜਾਣੀ ਆ, ਡਰਾਈਵਰ ਆ ਜਿਹੜੇ ਉਹ ਬਹੁਤ ਹੀ ਵਧੀਆ ਭੇਜਣੇ ਆ, ਟਾਈਮ ਤੋਂ ਪਹਿਲਾਂ ਭੇਜਣੇ ਆ, ਕਿਸੇ ਦੇ ਨਾਲ ਡਰਾਈਵਰਾਂ ਨੂੰ ਕਹਿ ਕੇ ਭੇਜਣਾ ਵੀ ਭਾਈ ਰੌਲਾ ਰੱਪਾ ਨਹੀਂ ਪਾਉਣਾ ਗਾ, ਕੋਈ ਗੇਟ ਖਿਲਾਈ ਆ ਕੋਈ ਹੋਰ ਆ, ਜਿੰਨਾ ਅਗਲਾ ਦਿੰਦਾ ਉਹਨੇ ਲੈ ਲੈਣੇ ਹੈਗੇ ਆ, ਔਰ ਖੁਸ਼ੀ ਦੇ ਨਾਲ ਅਗਲੇ ਨੂੰ ਖੁਸ਼ੀ ਖੁਸ਼ੀ ਘਰ ਵਾਲ ਕੇ ਆਉਣਾ, ਕਿਉਂਕਿ ਅਗਲੇ ਦਾ ਖੁਸ਼ੀਆਂ ਦਾ ਤਿਉਹਾਰ ਆ। ਦੇਖੋ ਜੀ, ਇਹ ਤਾਂ ਸਾਡੇ ਬੇਟੇ ਦੀ ਪਹਿਲਾਂ ਤੋਂ ਹੀ ਮਨੀ ਦੀ ਸਾਰੇ ਡਰਾਈਵਰਾਂ ਨੂੰ ਉਹ ਹੈ ਵੀ ਆਪਾਂ ਕਿਸੇ ਨਾਲ ਸਗਨ ਪਿੱਛੇ ਕੋਈ ਰੌਲਾ ਨਹੀਂ ਪਾਉਣਾ, ਜੋ ਅਗਲਾ ਖੁਸ਼ ਹੋ ਕੇ ਦਿੰਦਾ ਦਿਓ ਅਤੇ ਸਰਵਿਸ ਉਹਨਾਂ ਨੂੰ ਵਧੀਆ ਦਿਓ, ਟਾਈਮ ਨਾਲ ਗੱਡੀ ਲੈ ਕੇ ਜਾਓ, ਟਾਈਮ ਨਾਲ ਅਗਲੇ ਦਾ ਕਾਰਜ ਪੂਰਾ ਕਰਾਓ ਨਾਲ ਹੋ ਕੇ। ਔਰ ਸਭ ਤੋਂ ਵੱਡੀ ਗੱਲ ਅੰਕਲ ਜੀ, ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਹੀ ਇਹ ਪੀੜਾਂ ਪੜ੍ਹਾਈਆਂ ਵੀ ਬੇਟਾ ਵੀ ਆਪਾਂ ਜਿਹੜਾ ਹੈਗਾ ਵੈਸ਼ਨੂੰ ਹੋ ਕੇ ਜਾਣਾ, ਜਿਨ੍ਹਾਂ ਨੇ ਜਾਣਾ ਹੈਗਾ ਇਹ ਨਹੀਂ ਹੈ ਵੀ ਉੱਥੇ ਦਾਰੂ ਦੱਪਾ ਚੱਲਿਆ ਤਾਂ ਤੁਸੀਂ ਪੀ ਲਈ ਅਤੇ ਮੁੜ ਕੇ ਅਗਲਾ ਲੱਭਦਾ ਫਿਰੇ ਡਰਾਈਵਰਾਂ ਨੂੰ। ਇਹ ਹਦਾਇਤਾਂ ਸਖ਼ਤ ਆ ਮਨੀ ਦੀਆਂ ਵੀ ਭਾਈ ਜਿਹੜਾ ਡਰਾਈਵਰ ਜਾਊਗਾ ਉਹ ਉਨਾ ਚਿਰ ਸ਼ਰਾਬ ਨਹੀਂ ਪੀਊ? ਅੱਜੇ ਦੇਖੋ ਜੀ, ਕੋਈ ਡਰਾਈਵਰ ਵੀ ਸ਼ਰਾਬ ਨਹੀਂ ਪੀਂਦਾ, ਬਾਕੀ ਤਾਂ ਇਹਦੀ ਪਰਮਾਤਮਾ ਵੱਲੋਂ ਬਚਪਨ ਤੋਂ ਹੀ ਲਗਾਉਣਾ, ਇਹ ਬਚਪਨ ਤੋਂ ਹੀ ਇਹ ਨਸ਼ਾ ਰਹਿ ਤਾ ਅਮਰ ਛਕਿਆ ਹੋਇਆ, ਬਹੁਤ ਕੱਟੜ ਮਿਹਨਤ ਪਾਠ ਕਰਦਾ ਡੇਲੀ, ਕਦੇ ਵੀ ਕਤਾਈ ਨਹੀਂ ਕਰਦਾ ਪਾਠ ਕਰਨ ਵੇਲੇ, ਅਤੇ ਖਾਣਾ ਪੀਣਾ ਆਪਣਾ ਇਹਨੇ ਬਹੁਤ ਸ਼ੁੱਧ ਕਰਿਆ, ਨਸ਼ੇ ਦੇ ਤਾਂ ਇਹ ਨੇੜੇ ਨਹੀਂ ਜਾਂਦਾ ਬਿਲਕੁਲ ਵੀ। ਜਿਹੜੀਆਂ ਵਰਲਡ ਦੀਆਂ ਲੇਟੈਸਟ ਕਾਰਾਂ ਹੈਗੀਆਂ, ਰੇਂਜ ਓਵਰ ਹੈ, ਰੇਂਜ ਰੋਵਰ ਹੈ, ਹੋਰ ਜਿਹੜੀਆਂ ਜੀ ਵੈਗਨ ਹੈਗੀਆਂ, ਕੀ ਕਹਿਣਾ ਚਾਹੋ ਕਿਹੜੇ ਕਿਹੜੇ ਕਾਰਾਂ ਹੁੰਦੀਆਂ ਹਨ? ਆਪਣੇ ਕੋਲ ਤਕਰੀਬਨ ਸਾਰੀਆਂ ਗੱਡੀਆਂ ਜੀ ਜਿਹੜੀਆਂ ਮਾਰਕੀਟ ਦੇ ਵਿੱਚ ਡੋਲੀ ਵਾਸਤੇ ਅਵੇਲੇਬਲ ਹੈ ਚਾਹੀਦੀਆਂ, ਰੇਂਜ ਰੋਵਰ ਹੈਗੀ ਹੈ, ਬੈਂਟਲੇ ਜੀ ਵੈਗਨ ਹੈਗੀ ਹੈ, ਜੈਗਵਾਰਾਂ ਹੈਗੀਆਂ, ਸਾਰੀਆਂ ਗੱਡੀਆਂ ਜੋ ਮੈਰਿਜ ਵਾਸਤੇ ਚਾਹੀਦੀਆਂ ਬੇਟੇ ਨੇ ਉਹ ਰੱਖੀਆਂ ਹੋਈਆਂ। ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਕਿਸੇ ਹਿੱਸੇ 'ਚ ਅਬੋਹਰ ਵੀ ਉਹਨਾਂ ਦਾ ਹੈਗਾ, ਦੱਬਵਾਲੀ ਵੀ ਹੈਗਾ, ਹਰੇਕ ਥਾਂ 'ਤੇ ਵੀਰੇ ਨੇ, ਪਟਿਆਲੇ ਕਿਹੜੇ ਕਿਹੜੇ ਥਾਂ 'ਤੇ ਹੈਗੇ ਅੱਜ? ਪਟਿਆਲੇ ਵੀ ਹੈ, ਅੰਮ੍ਰਿਤਸਰ, ਜਲੰਧਰ ਹੈ, ਅਤੇ ਕਈ ਜਗ੍ਹਾ ਮੈਨੂੰ ਪਤਾ ਨਹੀਂ ਜਿੱਥੇ ਬੇਟੇ ਨੇ ਇਹ ਆਪਣੇ ਸਟੈਂਡ ਬਣਾਏ ਹੋਏ ਆ। ਦਰਸ਼ਕੋ, 9851-66-6631 ਨੰਬਰ ਹੈਗਾ, ਹੈੱਡ ਆਫਿਸ ਆ ਜਿਹੜਾ ਲੁਧਿਆਣੇ ਹੈਗਾ, ਅੱਜ ਆਪਾਂ ਜਿੱਥੇ ਖੜ੍ਹੇ ਹੈਗੇ ਆ ਇਹ ਖੈਂਟ ਆ, ਖੰਟ ਆ ਜਿਹੜਾ ਬੱਬੂ ਮਾਨ ਦਾ ਜਿਹੜਾ ਪਿੰਡ ਹੈਗਾ, ਔਰ ਬਾਪੂ ਜੀ ਹੋਰੇ ਤੁਹਾਡਾ ਵੀ ਇਹੀ ਪਿੰਡ ਆ? ਹਾਂ ਨਹੀਂ, ਸਾਡਾ ਪਿੰਡ ਨਾਲ ਹੈ 1 ਕਿਲੋਮੀਟਰ ਦੇ ਕੋਟਲੀ ਖੰਟ ਦੇ ਨਾਲ ਹੀ ਬੈਕ ਸਾਈਡ, ਕੋਟਲੀ ਪਿੰਡ ਦਾ ਰਹਿਣ ਵਾਲਾ ਇਹ ਮਨੀ ਬਾਈ ਜੀ ਨੇ। ਇਹ ਬੂਟੇ ਲਾਏ ਆ ਅੱਜ, ਸ਼ਾਨਦਾਰ ਪੇੜ ਦੇ ਰੂਪ ਧਾਰਨ ਕਰ ਗਏ ਹੈਗੇ ਆ ਸਾਰੇ ਪਾਸੇ, ਅਤੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਅੰਕਲ ਜੀ ਬਹੁਤ ਬਹੁਤ ਵਧਾਈਆਂ ਹੋਣ, ਕਿਉਂਕਿ ਮਨੀ ਨੇ ਹਮੇਸ਼ਾ ਸੇਵਾ ਕੀਤੀ ਲੋਕਾਂ ਦੀ। ਹਾਂਜੀ, ਅਸੀਂ ਵੀ ਸਾਰੀ ਜੋ ਵੀ ਗੁਰੂ ਸਾਹਿਬ ਨਾਲ ਜੁੜੀ ਹੋਈ ਸੰਗਤ ਆ ਸਾਰਿਆਂ ਨੂੰ ਖਾਲਸਾ ਵਿਸਾਖੀ ਦੇ ਜਨਮ ਦਿਨ 'ਤੇ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ, ਪਰਮਾਤਮਾ ਸਭਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ, ਹਰਮਦਾਨ ਫਤਿਹ ਕਰੇ। ਦੇਖੋ ਜੀ, ਕਈ ਕਾਰਾਂ ਜਿਹੜੀਆਂ ਹੈਗੀਆਂ ਬਿਲਕੁਲ ਲੇਟੈਸਟ ਜਿਹੜੀਆਂ ਹੈਗੀਆਂ ਮਾਡਲ ਇੱਥੇ ਖੜ੍ਹੇ ਹੈਗੇ ਆ।
ਮੇਰੇ ਵੱਲੋਂ ਇੰਨੀ ਕੁ ਗਰੰਟੀ ਆ ਵੀ ਜਿਹੜਾ ਅਸੀਂ ਗੱਡੀ ਸਰਵਿਸ ਦੇਵਾਂਗੇ ਕੋਈ ਲਾਂਭਾ ਨਹੀਂ ਆਊਗਾ। ਕੋਈ ਮੁੰਡੇ ਮੇਰੇ ਬਹੁਤ ਸਾਫ਼ ਸੁਥਰੇ ਆ, ਕੋਈ ਨਸ਼ੇ ਵਾਲਾ ਡਰਾਈਵਰ ਨਹੀਂ। ਜਿਹੜਾ ਬਾਈ ਕੋਈ ਵੀਰ ਸੈਲਫ 'ਤੇ ਗੱਡੀ ਮੰਗੂਗਾ ਉਹਨੂੰ ਸੈਲਫ 'ਤੇ ਵਧੀਆ ਸਰਵਿਸ ਮਿਲੂਗੀ, ਸਾਫ਼ ਗੱਡੀ ਮਿਲੂਗੀ, ਫੁੱਲ ਇੰਸ਼ੋਰਡ ਮਿਲੂਗੀ। ਕੋਈ ਦੋ ਨੰਬਰ ਦਾ ਕੰਮ, ਕੋਈ ਫਾਲਤੂ ਕੰਮ, ਇੱਦਾਂ ਦਾ ਕੋਈ ਲਾਂਭੇ ਵਾਲਾ ਕੰਮ ਨਹੀਂ ਹੋਊਗਾ। ਜਦੋਂ ਮਰਜ਼ੀ ਤੁਸੀਂ ਚੰਡੀਗੜ੍ਹ ਰੋਡ 'ਤੇ ਆਓ, ਇੱਥੇ ਮੇਰਾ ਆਫਿਸ ਆ, ਲੁਧਿਆਣੇ ਮੇਰਾ ਆਫਿਸ ਆ, ਤੁਸੀਂ ਮੈਨੂੰ ਲੁਧਿਆਣੇ ਮਿਲ ਸਕਦੇ ਆ। ਅਤੇ ਆਹ ਆਪਣੀਆਂ ਗੱਡੀਆਂ ਨੇ ਅਤੇ 7 ਜਗ੍ਹਾ ਆਪਣੇ ਆਫਿਸ ਆ ਪੂਰੇ, ਮਤਲਬ ਐਡਾ ਵੱਡਾ ਨੈੱਟਵਰਕ। ਕੋਈ ਵੈਡਿੰਗ ਵਾਲੇ ਦਾ ਕੋਈ ਹੋਵੇ ਮੈਂ ਇਸ ਤੋਂ ਵੱਧ ਕਹਿ ਨਹੀਂ ਸਕਦਾ, ਪਰ ਮੈਂ ਇਸ ਚੀਜ਼ ਦੀ ਗਰੰਟੀ ਲੈਂਦਾ ਵੀ ਹਰੇਕ ਜਗ੍ਹਾ, ਹਰੇਕ ਸਟੇਟ ਦੇ ਵਿੱਚ ਮੈਂ ਤੁਹਾਨੂੰ ਸਰਵਿਸ ਦੇਣ ਲਈ ਹਾਜ਼ਰ ਹਾਂ। ਕੋਈ ਨੋਰਮਲ ਵੀਰ ਕੋਈ ਵਿਆਹ ਦੇ ਵਿੱਚ ਲਗਜ਼ਰੀ ਗੱਡੀ ਦੀ ਫੀਲ ਲੈਣਾ ਵੀ ਚਾਹੁੰਦਾ ਤਾਂ ਉਹਦੇ ਲਈ ਸਟਾਰਟਿੰਗ ਆਹ ਗੱਡੀ ਤੋਂ ਆ ਜੀ, ਆਹ ਗੱਡੀ ਦਿਖਾਓ। ਇਹ ਬਹੁਤ ਰੀਜਨੇਬਲ ਰੇਟ 'ਤੇ ਭੇਜ ਦਾਂਗਾ ਮੈਂ ਲੋਕਲ ਦੇ ਵਿੱਚ। ਜਿਵੇਂ ਕਿਸੇ ਨੇ ਜਾਣਾ 20-30-50 ਕਿਲੋਮੀਟਰ ਦੇ ਏਰੀਏ 'ਚ, ਬਾਹਲੇ ਨਹੀਂ ਮੈਂ 10,000 ਵੀ ਨਹੀਂ ਲਊਂਗਾ, ਕਿਉਂਕਿ ਬਾਹਲਾ ਹੀ ਮਤਲਬ ਘੱਟ ਤੋਂ ਘੱਟ ਮਤਲਬ ਬਜਟ ਆ ਬੰਦਾ ਤਾਂ ਨਹੀਂ ਬਜਟ ਚੱਲ ਸਕਦਾ, ਤਾਂ 7-8,000 ਰੁਪਏ 'ਚ ਮੈਂ ਉਹਨੂੰ ਗੱਡੀਆਂ ਭੇਜ ਦੂੰਗਾ ਵੀ ਯਾਰ ਤੂੰ ਵਿਆਹ ਭੁਗਤਾ ਆਪਣਾ, ਮਤਲਬ ਉਹਦੀ ਰੀਝ ਪੂਰੀ ਕਰਾ ਦਾਂਗੇ ਜੀ। ਮੈਂ ਤੇਲ ਖਰਚਾ ਅਤੇ ਕੁਛ ਡਰਾਈਵਰ ਦਾ ਖਰਚਾ ਲਵਾਂਗਾ, ਜੇ ਕਿਸੇ ਵੀਰ ਕੋਲ ਪੈਸੇ ਨਹੀਂ ਹੈਗੇ ਉਹਦੀ ਇੱਛਾ ਹੀ ਆ। ਬਾਕੀ ਜਿਹੜੇ ਮੇਰੇ ਵੀਰ ਐਨ ਆਰ ਆਈ ਆ ਉਹ ਤਾਂ ਮੈਂ ਕਹਿੰਦਾ ਜੀ ਪੈਸੇ ਉੱਪਰੋਂ ਵਾਰ ਦਿੰਦੇ ਹਾਂ, ਐਡਾ ਉਹਨਾਂ ਦਾ ਦਲੇਰੀ ਦਿਲ ਹੁੰਦਾ, ਸਾਨੂੰ ਮੰਗਣ ਦੀ ਲੋੜ ਨਹੀਂ, ਉਹ ਤਾਂ ਉੱਪਰ ਫਾਲਤੂ ਦੇ ਜਾਂਦੇ ਆ। ਐਸੇ ਸਾਡੇ ਵੀਰ ਆ ਬਾਹਰ ਬੈਠੇ।